ਵਾਹ। ਪੜ੍ਹਾਈ ਜ਼ਰੂਰ ਕਰਾਇਆ ਕਰੋ ਗੁਰਮੁਖੋ, ਬੱਚੇ 8 ਘੰਟੇ ਸਕੂਲੇ ਪੜ੍ਹਦੇ ਆ, 1 ਘੰਟਾ ਟਿਊਸ਼ਨ, ਅਤੇ ਫਿਰ ਵੀ ਤੁਸੀਂ ਉਹਨਾਂ ਨੂੰ ਕੁੱਟਦੇ ਆ। ਆਹ ਵੀ ਸਕੂਲ ਸੀ ਸਿੱਖੀ ਦਾ, ਇੱਕ ਗੁਰਦੁਆਰਾ ਸਾਹਿਬ ਤਿਆਰ ਕਰਨ ਵਾਸਤੇ 2 ਕਰੋੜ ਰੁਪਈਆ ਲੱਗ ਜਾਂਦਾ ਪੂਰਾ, ਤੁਸੀਂ ਬਣਾਈ ਆ ਦਰਬਾਰ, ਅਤੇ 2 ਕਰੋੜ ਦਾ ਗੁਰੂ ਘਰ ਬਣਿਆ ਵੇ, ਸਿੱਖੀ ਦਾ ਸਕੂਲ ਹੈ, ਅਤੇ ਵਿੱਚ ਜਵਾਕ 1 ਬਣਾਓ, ਆਖੋ ਵਾਹਿਗੁਰੂ। ਇਕੱਲਾ ਗ੍ਰੰਥੀ ਪ੍ਰਕਾਸ਼ ਕਰਦਾ ਫਿਰੇ, ਲੋਕੀ ਵੀਡੀਓ ਸ਼ੇਅਰ ਕਰਨ ਨੂੰ ਤਕੜੇ, ਆਖੋ ਵਾਹਿਗੁਰੂ। ਮੈਂ ਤਾਂ ਹੈਰਾਨ ਹੈ ਵੀ ਵੀਡੀਓ ਬਣਾ ਕੇ ਨੈੱਟ 'ਤੇ ਪਾ ਦਿੱਤੀ ਆ, ਅਤੇ ਜੇ ਚੌਰ ਸਾਹਿਬ ਫੜ ਲੈਂਦੇ, ਆਖੋ ਸਤਨਾਮ। ਇੰਨੇ ਹੱਥਾਂ ਨੇ ਕੰਮ ਨਹੀਂ ਕੀਤਾ ਵੀ ਭਾਈ ਇਕੱਲਾ ਮਹਾਰਾਜ ਲਈ ਆਉਂਦਾ, ਮੈਂ ਭੱਜ ਕੇ ਚੌਰ ਫੜਾਂ, ਚੌਰ ਨਹੀਂ ਫੜਿਆ, ਮੋਬਾਈਲ ਕੱਢ ਕੇ ਵੀ ਆਪਾਂ ਸ਼ੇਅਰ ਕਰਾਂਗੇ। ਵੇਖੋ ਸਾਡੇ ਅੰਦਰ ਕਿੰਨੇ ਗਰਕ ਗਏ। ਗੁਰੂ ਸਾਹਿਬ ਅਰਦਾਸ 'ਚ ਕਹਿੰਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇਖ ਕੇ ਅਣਡਿੱਠ ਕੀਤਾ ਵੀ ਮੇਰੇ ਪੁੱਤ ਇੱਦਾਂ ਦੇ ਹੋਣ, ਪੱਗਾਂ ਦਾੜੀਆਂ ਵਾਲੇ, ਗੁਰੂ ਦੇ ਪਿਆਰ ਵਾਲੇ, ਵੀ ਕਿਸੇ ਦਾ ਪਰਦਾ ਢੱਕਿਓ। ਸਾਨੂੰ ਉਹ ਬਣਾਇਆ ਸੀ, ਅੱਜ ਸਭ ਤੋਂ ਵੱਧ ਆਪਣੇ 'ਚ ਹੀ ਰੌਲਾ। ਆ ਫੇਸਬੁੱਕ ਨੈੱਟ ਦੇ ਉੱਤੇ ਕਿਸੇ ਦੂਜੇ ਤੀਜੇ ਦੀ ਵੀਡੀਓ ਨਹੀਂ, ਆਪਣੀਆਂ ਹੀ ਆ ਸਾਰੀਆਂ। ਕੋਈ ਗ੍ਰੰਥੀ ਰੋਣ ਦਿਆ, ਕੋਈ ਰਾਗੀ ਵਿਚਾਰੀ ਛੱਤ ਡੇਗੀ, ਮੁੰਡਾ ਮਰ ਗਿਆ, ਕੋਈ ਪ੍ਰਧਾਨਗੀ ਤੋਂ ਲੜ ਕੇ ਪੱਗ ਲਾ ਦੀ, ਕੋਈ ਗੋਲਕ ਤੋਂ ਲੜ ਪਿਆ, ਕੀ ਹੈ ਇਹ? ਆਪਣੇ ਆਪ ਦੀ ਸਾਰੇ ਆਪਾਂ ਤੁਰੇ ਫਿਰਦੇ, ਹੋਰ ਕੋਈ ਨਹੀਂ। ਅਗਲੇ ਚੁੱਪ ਕਰਕੇ ਆਪਣੇ ਕੰਮ ਕਰਦੇ ਆ, ਗੁਰਮੁਖੋ ਜਾਗੀਏ। ਇੱਦਾਂ ਸਮਾਗਮਾਂ 'ਚ ਇਹ ਸਿੱਖਿਆ ਮਿਲਦੀ ਹੈ, ਔਰ ਸਾਨੂੰ ਪਤਾ ਲੱਗਦਾ ਗੁਰਸਿੱਖ ਮੀਤ ਚਲੋ ਗੁਰ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ। ਭਾਈ ਸਾਹਿਬ ਨੂੰ ਕਿਸੇ ਨੇ ਨਾ ਰਸਤਾ ਦਿਖਾਤਾ, ਕਹਿੰਦੇ ਇੱਕ ਵਾਰੀ ਆਨੰਦਪੁਰ ਗਾ ਕੇ ਆ ਕਵਿਤਾ, ਲੋਕਾਂ ਦੇ ਬੂਹਿਆਂ 'ਤੇ ਗਾਈ ਜਾਂਦਾ, ਬਾਪੂ ਦੇ ਬੂਹੇ 'ਤੇ ਗਾਇਆ ਕਰ। ਅਤੇ ਕਵੀਸ਼ਰਾਂ ਦੇ ਥੰਮ ਜਿਹੜੇ ਸੀ ਗਿਆਨੀ ਨਿਰਮਲ ਸਿੰਘ ਜੀ ਚੋਹਲਾ ਸਾਹਿਬ, ਸ਼ਹੀਦ ਹੋਏ ਹੋ, ਉਹਨਾਂ ਨੂੰ ਇਹ ਗੱਲ ਕਹੀ ਸੀ ਅਫਸਰ ਨੇ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਲੱਗੇ ਨਾ, ਉਹਦੇ ਨਾਲ ਜਿਹੜਾ ਹੌਲਦਾਰ, ਉਹਨੇ ਬਾਅਦ 'ਚ ਦੱਸੀ ਇਹ ਗੱਲ। ਉਹ ਕਹਿੰਦਾ ਸੀ ਮਜਬੂਰ ਹੀ, ਕਹਿੰਦਾ ਭਾਈ ਸਾਹਿਬ ਨੂੰ ਕਹਿੰਦਾ ਵੀ ਗਾ, ਤੇਰੀ ਕਹਿੰਦੇ ਆਵਾਜ਼ ਬੜੀ ਉੱਚੀ, ਪੰਜਾਬ ਦੀ ਕੋਇਲ ਹੈ, ਗਾ। ਉਹਨੇ ਆਖਿਆ ਜਿੰਨਾ ਚਿਰ ਮੇਰੇ ਬਾਪੂ ਦਾ ਪ੍ਰਕਾਸ਼ ਨਹੀਂ ਹੋਊਗਾ, ਗਾਉਣਾ ਤਾਂ ਕੀ, ਮੈਂ ਬੋਲਣਾ ਵੀ ਪਸੰਦ ਨਹੀਂ ਕਰਦਾ। ਕਿੰਨੀ ਭਰੋਸੇ ਵਾਲੀ ਆਤਮਾ ਹੋਏ। ਕਹਿਣ ਲੱਗਾ ਮੈਂ ਉਹਦੇ ਘਰ ਦਾ ਕਵੀਸ਼ਰ ਕਵੀ ਹਾਂ, ਮੈਂ ਉੱਥੇ ਗਾਊਂਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏ, ਜਿੱਥੇ ਮੇਰੇ ਸਤਿਗੁਰੂ ਹਜ਼ੂਰ ਬੈਠੇ ਹੋਣ। ਕੱਚਿਆਂ ਪਿੱਲਿਆਂ ਕੋ ਨਹੀਂ ਗਾਉਣਾ, ਕਹਿੰਦੇ ਤੈਨੂੰ ਮਾਰ ਦਾਂਗੇ। ਭਾਈ ਸਾਹਿਬ ਕਹਿੰਦੇ ਹੱਸ ਪੈ ਸੀ, ਕਹਿੰਦੇ ਇਹ ਕਿਹੜਾ, ਸਾਰਿਆਂ ਨੇ ਰਹਿਣਾ, ਚਲੇ ਤਾਂ ਜਾਣਾ ਹੀ ਆ, ਉਹ ਸਤਨਾਮ। ਇਹਨੂੰ ਕਹਿੰਦੇ ਅੰਦਰੋਂ ਮੁਹੱਬਤ ਹੈ। ਅਤੇ ਉਹ ਕਵੀ ਜਿਹੜਾ ਸੀ ਚੱਲਦਾ ਚੱਲਦਾ ਆਨੰਦਪੁਰ ਆ ਗਿਆ। ਹਾਂ ਆਇਆ ਦੂਰੋਂ ਮੈਂ ਤੱਕੀ, ਮੈਂ ਆਸਾ ਰੱਖੀ ਚਿੱਤ ਮੈਂ। ਤੁਸੀਂ ਆਪਣੇ ਅੰਦਰ ਭਾਵਨਾ ਬਣਾਓ, ਸੰਗਤ ਹੱਥ ਜੋੜ ਕੇ ਆਖੋ ਸਤਨਾਮ। ਕਿਸੇ ਦੇ ਘਰੇ 10 ਮਿੰਟ ਚੱਲ ਜਾਈਏ, ਅਗਲਾ ਚਾਹ ਕੌਫੀ ਪਿਉਂਦਾ, ਆਪਾਂ ਇਸ ਵੇਲੇ ਕਿੱਥੇ ਬੈਠੇ ਹਾਂ? ਸ੍ਰਿਸ਼ਟੀ ਦੇ ਮਾਲਕ ਦੇ ਕੋਲ। ਅਸੀਂ ਤਾਂ ਸੇਵਾ ਲੈ ਜਾਣੀ ਹੈ, ਤੁਹਾਡੇ ਮਨ 'ਚ ਆਊਗਾ, ਬਾਬੇ ਦੀ ਭੇਟਾ ਲੈ ਜਾਣੀ, ਸਾਨੂੰ ਕੀ ਮਿਲੂ? ਅੱਜ ਇੱਥੇ ਤੁਸੀਂ ਬੈਠੇ ਆ ਨਾ, ਜਿਹੜਾ ਇੱਥੇ ਬਹਿ ਗਿਆ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਹੀ ਲੈ ਗਿਆ। ਅਤੇ ਮਹਾਂਪੁਰਖ ਬਾਬਾ ਅਤਰ ਸਿੰਘ ਕਹਿੰਦੇ ਹੁੰਦੇ ਸੀ, ਕਹਿੰਦਾ ਜਿਹੜਾ ਸੰਗਤ 'ਚ ਬਹਿੰਦਾ ਨਾ ਜ਼ਿਆਦਾ ਚਿਰ, ਉਹਨੂੰ ਹਸਪਤਾਲ ਨਹੀਂ ਬਹਿਣਾ ਪੈਂਦਾ। ਅਤੇ ਸਾਡੇ ਬਜ਼ੁਰਗ ਪਹਿਲਾਂ ਬਹੁਤ ਸੁਣਦੇ ਸੀ ਸੇਵਾ ਸਿਮਰਨ, ਉਦੋਂ ਹਸਪਤਾਲ ਹੈਗੇ ਨਹੀਂ, ਕਿਉਂਕਿ ਪਰਮੇਸ਼ਰ 'ਤੇ ਭੁੱਲਿਆ।
ਵਿਆਪਣ ਸਭੇ ਰੋਗ। ਉਹ ਰੋਗੀ ਨਹੀਂ ਸੀ ਇੰਨੇ ਜਿੰਨੀਆਂ ਅੱਜ ਬਿਮਾਰੀਆਂ ਏ। ਆ ਜਲੰਧਰ ਦੇ ਵਿੱਚ ਘੱਟੋ ਘੱਟ 600-700 ਹਸਪਤਾਲ ਬਣ ਗਿਆ, ਅਤੇ ਜਿੱਥੇ ਵੀ ਚੱਲ ਜਾਓ ਕੁਰਸੀ ਨਹੀਂ ਲੱਭਦੀ, ਇੰਨੀ ਦੁਨੀਆ ਦੁਖੀ। ਅਤੇ ਦੁੱਖ ਦਾ ਕਾਰਨ ਕੀ ਹੈ? ਪਰਮੇਸ਼ਰ ਭੁੱਲ ਗਿਆ। ਨਾ ਕੋਈ ਤੜਕੇ ਉੱਠੇ, ਨਾ ਕੋਈ ਇਸ਼ਨਾਨ ਕਰੇ, ਨਾ ਕੋਈ ਜਪਜੀ ਸਾਹਿਬ ਪੜ੍ਹੇ। ਆ ਗੋਇੰਦਵਾਲ ਸਾਹਿਬ ਸ਼ਤਾਬਦੀ ਲੰਘੀ, ਉੱਥੇ ਜ਼ਿਕਰ ਆਉਂਦਾ ਇੱਕ ਬੱਚੀ ਨੂੰ ਕੋਈ ਕਾਰਜ ਹੋਇਆ ਭੂਤ ਪ੍ਰੇਤ ਦਾ, ਉਹਨੂੰ ਫੜ ਕੇ ਲਿਆਏ ਅਤੇ ਮੇਰੇ ਪਾਤਸ਼ਾਹ ਕਹਿੰਦੇ ਇਹਨੂੰ ਕੀ ਹੋ ਗਿਆ? ਕਹਿੰਦੇ ਜੀ ਇਹਨੂੰ ਕੁਝ ਚਿੰਬੜ ਗਿਆ। ਮਹਾਰਾਜ ਕਹਿੰਦੇ ਕੀ? ਕਹਿੰਦੇ ਇਹਨੂੰ ਕੋਈ ਰੂਹ ਚਿੰਬੜੀ ਆ। ਮਹਾਰਾਜ ਕਹਿੰਦੇ ਇੱਕ ਨਹੀਂ, ਪੰਜ ਪੰਜ ਚਿੰਬੜੇ, ਆਖੋ ਸਤਨਾਮ। ਕਹਿੰਦੇ ਪੰਜ ਪੰਜ ਚਿੰਬੜੇ ਆ? ਕਹਿੰਦੇ ਦੋਣੇ ਉੱਧਰੋਂ ਬਾਂਹ ਫੜੀ, ਦੋਣੇ ਉੱਧਰੋਂ, ਇੱਕ ਨੇ ਵਾਲ ਫੜੇ, ਪੰਜ ਪੂਰੇ ਹੋ ਗਏ। ਕਹਿੰਦੇ ਜੀ ਅਸੀਂ ਭੂਤ ਨੇ ਆ। ਅਤੇ ਪਾਤਸ਼ਾਹ ਹੱਸ ਪਏ, ਕਹਿੰਦੇ ਕਬੀਰ ਸਾਹਿਬ ਨੇ ਤੇ ਕਹਿਤਾ ਜਿਹ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਤੇ ਘਰ ਮਰਹਟ ਸਾਰਖੇ। ਉਸ ਘਰ ਦੀ ਵੀ ਗੱਲ ਕੀਤੀ ਤੇ ਆ ਵੀ ਘਰ ਆ, ਇਹਨੂੰ 3.5 ਕਰੋੜ ਰੋਸ਼ਨਦਾਨ ਲਾਇਆ ਵਾ। ਜਦੋਂ ਆਪਾਂ ਪੜ੍ਹਦੇ ਹਾਂ ਨਾ ਬਚਨ ਆਉਂਦਾ, 4 ਮਿਲੇ 64 ਖਿਲੇ 20 ਮਿਲੇ ਕਰ ਜੋੜ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲ ਗਏ 7 ਕਰੋੜ। 3.5 ਕਰੋੜ ਰੋਮ ਹੈ ਸਾਡੇ ਸਰੀਰ 'ਤੇ ਆ ਜਿਹੜੇ ਨਿੱਘੇ ਨਿੱਘੇ ਆ, ਅਤੇ ਇਹਨਾਂ ਦੀ ਬੇਅਦਬੀ ਕਰਾਉਣ ਦਾ 25,000 ਰੁਪਈਆ ਲੈਂਦੇ ਅਗਲੇ ਆਖੋ ਵਾਹਿਗੁਰੂ। ਅਤੇ ਆਨੰਦ ਨਾਲ ਬਹਿ ਕੇ ਸਾਰੇ 25,000 ਦੇ ਕੇ, ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚੋਲਾ ਪਾੜ ਕੇ, ਅਤੇ ਨਾਲੇ ਕਹਿਣਗੇ ਧੰਨਵਾਦ। ਅਤੇ ਜਦੋਂ ਇੱਥੇ ਆਉਣਾ ਪਿੱਛੇ ਬਹਿ ਜਾਣਗੇ, ਨਾਲ ਦਾ ਕਹਿੰਦਾ ਮੱਥਾ ਨਹੀਂ ਟੇਕਿਆ, ਕਹਿੰਦਾ 10 ਰੁਪਈਏ ਨਹੀਂ ਆਖੋ ਸਤਨਾਮ। ਵੇਖੋ ਸਾਡੇ ਹਾਲਾਤ, ਅਸੀਂ ਡੁੱਬਣਾ ਹੀ ਆ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ, ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ। ਬਾਣੀ ਕਹਿੰਦੀ ਵੇਖ ਜਿੰਨੇ ਤੈਨੂੰ ਨੱਕ ਹੱਥ ਪੈਰ ਆ ਸੋਹਣਾ ਸਰੀਰ ਦਿੱਤਾ, ਉਹਦੇ ਕੋਲ ਦੇਣ ਲਈ ਕੱਖ ਨਹੀਂ ਆ। ਤੇ ਜਿਨ੍ਹਾਂ ਨੇ ਰੰਬਾ ਫੇਰਿਆ ਉਹਨੂੰ ਬਹਾ ਕੇ ਕੁਰਸੀ ਤੇ, ਉਹਨਾਂ ਲਈ ਸਾਰਾ ਕੁਝ ਆ। ਜੇ ਮੈਂ ਗਲਤ ਆ ਦੱਸ ਦਿਓ ਵੀ ਭਾਈ ਗਲਤ ਬੋਲ ਗਿਆ। ਮੇਰੇ ਪਾਤਸ਼ਾਹ ਦੀ ਬਾਣੀ ਗੱਲਾਂ ਕਰਦੀ, ਕਈ ਵਾਰਾਂ ਸਿੰਘ ਕਹਿਣਗੇ ਕਈ ਥਾਵਾਂ ਤੇ ਬਾਬਾ ਜੀ ਬਾਣੀ ਚੋਂ ਕਥਾ ਕਰਿਓ। ਮੈਂ ਕਿਹਾ ਹੋਰ ਕਿੱਥੋਂ ਕਰਨੀ ਆ, ਬਾਣੀ ਤੇ ਹੈ ਹੀ ਅਗਾਧ ਬੋਧ ਆ, ਤੁਸੀਂ ਸੁਣਨ ਵਾਲੇ ਤੇ ਬਣੋ ਆਖੋ ਸਤਨਾਮ। ਕਬੀਰ ਸਾਹਿਬ ਕਹਿੰਦੇ ਜਿਹੜਾ ਸਰੀਰ ਨਿਤਨੇਮ ਨਹੀਂ ਕਰਦਾ, ਸੇਵਾ ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਉਹ ਮੜੀਆਂ ਹੈ ਅਤੇ ਉਹਦੇ ਵਿੱਚ ਰਹਿਣ ਵਾਲੀ ਆਤਮਾ ਭੂਤ ਆ, ਅਤੇ ਭੂਤਨਿਆਂ ਨੂੰ ਫਿਰ ਭੂਤਨੇ ਮਿਲਣ ਆਉਣਗੇ ਆਖੋ ਸਤਨਾਮ। ਤਾਂਹੀਓ ਜ਼ਿਆਦਾ ਲੋਕ ਫਿਰ ਮੁੜ ਕੇ ਜਾਂਦੇ ਪਹਾੜਾਂ ਵੱਲੋਂ ਨਹੀਂ ਵਾਲ ਖਿਲਾਰ ਕੇ। ਕਾਰਨ ਕੀ ਹੈ? ਜਦੋਂ ਨੇਮ ਨਹੀਂ ਹੈਗਾ। ਅਤੇ ਮਾਰੇ ਗੁਰੂ ਅਮਰਦਾਸ ਉਸ ਬੱਚੀ ਨੂੰ ਕਹਿੰਦੇ ਛੱਡ ਦਿਓ ਇਹਨੂੰ, ਭਾਈ ਬੱਲੂ ਬੌਲੀ ਚੋਂ ਜਲ ਲਿਆਓ, ਇਹਦੇ ਕੇਸੀ ਇਸ਼ਨਾਨ ਕਰਾ ਕੇ ਅਤੇ ਇਹਨੂੰ ਜਪਜੀ ਸਾਹਿਬ ਦਾ ਪਾਠ ਸਰਵਣ ਕਰਾਓ ਅਤੇ ਨਾਲ ਜਪਾਓ। ਉਸ ਬੱਚੀ ਨੂੰ ਜਪਜੀ ਸਾਹਿਬ ਸਰਵਣ ਕਰਾਇਆ ਔਰ ਬੇਨਤੀ, ਉਹਨੇ ਕਿਹਾ ਪਾਤਸ਼ਾਹ ਬਚਾ ਲਿਆ। ਮਾਰੇ ਕਹਿੰਦੇ ਪੁੱਤ ਰੋਜ਼ ਇੱਕ ਜਪਜੀ ਸਾਹਿਬ ਪੜ੍ਹਨਾ ਕੇਸੀ ਇਸ਼ਨਾਨ ਕਰਕੇ ਆਖੋ ਸਤਨਾਮ, ਕਿਉਂਕਿ ਜੀਵਨ ਨਹੀਂ ਆਪਣਾ ਸਹੀ ਰਹਿ ਗਿਆ। ਹੁਣ ਕਿਤੇ ਵੀ ਗੰਦਾ ਕੱਪੜਾ ਪਿਆ ਵਾ, ਸੁਭਾਵਕ ਉਹਦੇ ਵਿੱਚ ਜੂਆਂ ਪੈਣਗੀਆਂ ਹੀ ਆ। ਜਦੋਂ ਆਪਾਂ ਬੰਦਗੀ ਦੇ ਸਿਮਰਨ, 4 ਚੀਜ਼ਾਂ ਬਾਰੇ ਦੇ ਕੇ ਗਏ, 249 ਸਾਲ ਲੱਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 249 ਸਾਲ ਸਾਡੇ ਪਿਓ ਦਾਦੇ ਨੇ ਜਾਇਦਾਦ ਬਣਾਈ, ਜਿਹਨੂੰ ਮਾਰੇ ਕਹਿੰਦੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਉਹ ਖਜ਼ਾਨਾ ਏਡਾ ਵੱਡਾ ਸਾਨੂੰ ਦੇ ਕੇ ਗਏ, ਜਿਹਦੇ ਵਿੱਚ 4 ਚੀਜ਼ਾਂ ਪਾਈਆਂ, ਇੱਕ ਸੇਵਾ, ਦੂਸਰਾ ਸਿਮਰਨ,
ਇੱਕ ਬਾਣੀ ਦੂਸਰਾ ਬਾਣਾ, ਤੇ ਅੱਜ ਚਾਰੇ ਗਵਾ ਚੱਲੇ ਆ। ਨਾ ਕੋਈ ਗਾਹ ਆਉਣ ਵਾਲੇ ਸਮੇਂ ਚ ਸੇਵਾ ਕਰਕੇ ਰਾਜੀ ਆ, ਤੇ ਸਿਮਰਨ ਤੇ ਕਰਨਾ ਹੀ ਕੀ ਆ। ਪਹਿਲੇ ਬਜ਼ੁਰਗ ਜ਼ਰੂਰ ਲਾਉਂਦੇ ਸੀ ਝੱਟ ਰਾਤ ਨੂੰ ਸਾਰਾ ਟੱਬਰ ਬੈਠਾ ਹੋਣਾ, ਤੇ ਉਹਨਾਂ ਨੇ ਕਹਿਣਾ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ। ਇਸ ਸਾਡੇ ਦਾਦੀ ਦਾਦੇ ਬਜ਼ੁਰਗਾਂ ਨੇ ਦਸਾਂ ਗੁਰੂਆਂ ਦਾ ਜਾਪ ਕਰਾਉਣਾ ਰਾਤ ਨੂੰ, ਅਸੀਂ ਨਿੱਕੇ ਸੀ। ਹੁਣ ਤੇ ਆ ਮੋਬਾਈਲ ਜਿਹੜਾ ਇਹ ਨਹੀਂ ਛੱਡਦਾ ਕਿਸੇ ਨੂੰ, ਬੋਲੋ ਸਤਨਾਮ ਸ੍ਰੀ। ਇਹਦੇ 'ਚ 90% ਗੰਦ ਹੈ, ਅਤੇ ਸਾਰਿਆਂ ਦੇ ਹੱਥਾਂ ਦੇ ਵਿੱਚ ਇਹ ਨਹੀਂ ਬਚਣ ਦਿੰਦਾ ਮਾਈ ਦੇ ਲਾਲ। ਅਤੇ ਮਾਫ਼ ਕਰਿਓ, ਇਹਨਾਂ ਹੱਥਾਂ 'ਚ ਗੁਟਕਾ ਸਾਹਿਬ ਚਾਹੀਦਾ ਹੈ, ਪੋਥੀ, ਇਹ ਚੀਜ਼ਾਂ ਪ੍ਰਵੇਸ਼ ਕਰ ਗਈਆਂ ਬੱਚਿਆਂ ਨੂੰ। ਆ ਬਜ਼ੁਰਗ ਸਾਡੇ ਜ਼ਰੂਰ ਬੈਠੇ ਸੁਣਦੇ ਆ, ਨਵੀਂ ਪੀੜ੍ਹੀ ਸਾਰੀ ਲੰਗਰ ਹਾਲ 'ਚ ਆ, ਅਤੇ ਉੱਥੇ ਅਸੀਂ ਹੁਣੇ ਗਏ, ਫਿਰ ਕਹੋਗੇ ਬਾਬਾ ਕਹਿ ਗਿਆ। ਅਤੇ 15-16 ਸਿੰਘ ਖੜੋਤੇ ਜਲ ਪਾਣੀ ਅਤੇ ਮੋਬਾਈਲ ਚਲਾ ਰਹੇ ਆ, ਅਤੇ ਜੇ ਕਿਹਾ ਭਾਈ ਕੋਈ ਲਿਆਓ ਬਰਤਨ, ਕਹਿੰਦੇ ਲਿਆ ਦਿੰਦੇ ਆਖੋ ਸਤਨਾਮ। ਵੀ ਆਪਾਂ ਸਮਾਗਮ ਰੱਖਿਆ ਵਾ, ਅਤੇ ਆਪਾਂ ਕਿੱਧਰ ਤੁਰੇ ਫਿਰਦੇ ਹਾਂ, ਇੰਨਾ ਖਰਚਾ ਕੀਤਾ ਜੇ ਆਖੋ ਸਤਨਾਮ। 2-4 ਸਿੰਘ ਜਿਹੜੇ ਵਰਤਾਉਣ ਵਾਲੇ ਉਹ ਵਰਤਾਉਣ, ਅਤੇ ਬਾਕੀ ਇੱਥੇ ਆ ਕੇ ਬਹਿਣ, ਅਤੇ ਸਾਡਾ ਘਰ ਸਫਲਾ ਹੋਵੇ। ਅਤੇ ਜਿਹੜੇ ਬੱਚੇ ਨੇ ਫੀਸ, ਭਾਵੇਂ ਉਹਦਾ ਭਾਪਾ 1,00,000 ਰੁਪਈਆ ਦੇ ਦੇ, ਸਕੂਲ ਟੋਪ ਦਾ ਚੁਣ ਲਏ, ਜਦੋਂ ਕਲਾਸ ਹੀ ਨਹੀਂ ਲਾਉਣੀ ਬੱਚੇ ਨੇ, ਤਾਂ ਪਾਸ ਕਿੱਥੋਂ ਹੋ ਜਾਊ। ਅੱਜ ਸਭ ਤੋਂ ਵੱਡੀ ਗੱਲ, ਭਾਂਡਾ ਹੱਸ਼ਾ ਸੋਏ ਜੋਤ ਸੁਭਾਵ, ਭਾਂਡਾ ਅਤ ਮਲੀਨ ਗੁਰੂ ਦੁਆਰੇ ਹੋਏ। ਆ ਸੋਝੀ ਲਈ ਸੱਦੇ ਆਪਾਂ ਸਾਰੇ, ਏਤ ਦੁਆਰੇ ਧੋਏ ਹੱਸ਼ਾ ਹੋਏ ਸੀ, ਇਹ ਭਾਂਡਾ ਧੋਲੋ ਚੰਗੇ ਰਵਾਂ। ਭਾਈ ਸਾਹਿਬ ਦਾ ਮੈਂ ਜ਼ਿਕਰ ਕਰਾਂ, ਮੇਰੇ ਪਾਤਸ਼ਾਹ ਦੇ ਦਰਬਾਰ 'ਚ ਆ ਗਿਆ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਅਤੇ ਮਹਾਰਾਜ ਸਾਹਿਬ ਜੀ ਦੇ ਦਰਬਾਰ ਵਿੱਚ ਜਦੋਂ ਆਇਆ, ਅਤੇ ਡਿਓੜੀ 'ਤੇ ਸਿੰਘ ਖੜ੍ਹੇ ਸੀ, ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੇ ਬੈਠਦੇ ਆਖੋ ਸਤਨਾਮ। ਉਹਨਾਂ ਕਿਹਾ ਵੀ ਤੂੰ ਕੀ ਲੈਣਾ ਹੈ? ਕਹਿੰਦੇ ਜੀ ਮੈਂ ਕਵਿਤਾ ਸੁਣਾਉਣੀ ਹੈ। ਅਤੇ ਕਵੀ ਦਰਬਾਰ ਕਦੋਂ ਲੱਗਦਾ? ਅਤੇ ਉਹ ਹੱਸ ਪਏ, ਕਿਉਂਕਿ ਉਹਨਾਂ ਨੇ ਦਸਤਾਰ ਵੇਖੀ ਅਤੇ ਗੰਦੀ ਸੀ, ਵਿੱਚ ਛੇਕ ਹੋਏ, ਕੁੜਤਾ ਵੀ ਪਾਟਾ, ਪੈਰਾਂ ਦੇ ਉੱਤੇ ਅੱਡੀਆਂ ਪਾਟੀਆਂ, ਗਰੀਬ ਬੰਦਾ ਸੀ, ਦਿਹਾੜੀਦਾਰ ਕਿਰਤੀ। ਉਹ ਕਹਿੰਦੇ ਤੂੰ ਕਵੀ ਹੈ? ਇੱਥੇ ਦੇ ਬੜੇ ਬੜੇ ਗਿਆਨੀ ਅਤੇ ਗੁਣੀ ਜਨਾਂ ਨੂੰ ਸਮਾਂ ਨਹੀਂ ਮਿਲਦਾ, ਤੈਨੂੰ ਕਿਹਨੇ ਦੇਣਾ ਆਖੋ ਸਤਨਾਮ ਸ੍ਰੀ। ਜਾ ਕੇ ਲੰਗਰ ਪਾਣੀ ਛਕ ਅਤੇ ਭੱਜ ਆ ਇੱਥੋਂ। ਜਦੋਂ ਇੰਨੀ ਗੱਲ ਕਹੀ, ਉਹਦੇ ਹਿਰਦੇ 'ਚ ਦਰਦ ਉੱਠਿਆ, ਉਹਦੇ ਅੰਦਰੋਂ ਵਿਰਾਗ ਆਇਆ। ਅਤੇ ਉਹ ਹੀ ਮਹਾਰਾਜ ਸੁਣਦੇ ਆ, ਜੀ ਕੀ ਬਿਰਥਾ ਹੋਏ ਸੋ ਗੁਰ ਪੈ। ਜਦੋਂ ਬੰਦਾ ਚਾਰੇ ਪਾਸਿਆਂ ਤੋਂ ਘਿਰ ਜਾਂਦਾ, ਅਤੇ ਆਪਾਂ ਕਹੀਦਾ ਮਾਲਕਾ ਹੁਣ ਮੇਰਾ ਤੇ ਤੂੰ ਹੀ ਆ। ਸਗਲ ਦੁਆਰ ਕੋ ਛਾੜ ਕੇ ਬਾਹੇ ਗਹੇ ਕੀ ਰਾਜ ਅਸ ਗੋਬਿੰਦਾਸ ਤੁਹਾਰ। ਤੁਹਾਡੇ ਨਾਲ ਵੀ ਕਿਤੇ ਜ਼ਿੰਦਗੀ 'ਚ ਘਟਨਾ ਘਟੀਆਂ ਹੋਣਗੀਆਂ, ਚੇਤਾ ਆ ਗਿਆ ਹੋਣਾ। ਜਦੋਂ ਬੰਦਾ ਫਸ ਜੇ, ਤੇ ਉਦੋਂ ਫਿਰ ਆਪਣੇ ਵੀ ਵੈਰੀ ਬਣਦੇ ਆ। ਇੱਕ ਮਾਲਕ ਕੱਢਦਾ ਏ, ਦੀਨ ਦਿਆਲ ਭਰੋਸੇ ਤੇਰੇ ਚੜਾਇਆ ਬੇੜੇ, ਜਾਂ ਤੇ ਸੁਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ। ਉਹ ਬਹਿ ਗਿਆ ਸੰਗਤ ਵਿੱਚ, ਕੋਈ ਭਾਵਨਾ ਵਾਲੀ ਰੂਹ ਨੇ ਆਖਿਆ ਬਹਿ ਜਾ, ਦਇਆ ਵੀ ਹੁੰਦੀ ਕਈਆਂ 'ਚ। ਕਹਿੰਦੇ ਇੰਨਾ ਲਾਗੇ ਨਹੀਂ ਲੱਗਣ ਦੇਣਾ, ਮਹਾਰਾਜ ਆਉਣ ਵਾਲੇ ਹੀ ਆ ਥੋੜ੍ਹੇ ਸਮੇਂ 'ਚ, ਦੀਵਾਨ ਸਜਣੇ ਆ ਅਤੇ ਪਾਤਸ਼ਾਹ ਬਹਿਣਗੇ। ਮਹਾਰਾਜ ਅੱਜ ਵੀ ਬੈਠੇ ਹੋਏ ਆਖੋ ਸਤਨਾਮ। ਉਹ ਤੇ ਤੇਥੋਂ ਦੂਰ ਨਹੀਂ, ਪਰ ਤੇਰਾ ਵੀ ਜਿਹਨਾਂ ਅੱਖਾਂ ਨਾਲ ਵੇਖਣਾ ਸੀ ਉਹਨਾਂ 'ਚ, ਉਹਨਾਂ 'ਚ ਫੇਸਬੁੱਕ ਅਤੇ ਕਲੇਸ਼ਬੁੱਕ ਵੜ ਗਿਆ। 18-18 ਘੰਟੇ ਵਿਹਣੇ ਆ,
ਕਿੱਥੋਂ ਆਪਾਂ ਜੁੜਾਂਗੇ? ਕਿਉਂਕਿ ਬਾਬੇ ਫਰੀਦ ਨੂੰ ਪਤਾ ਸੀ, ਉਹ ਬਾਬੇ ਨਾਨਕ ਤੋਂ ਵੀ 200-300 ਸਾਲ ਕਰੀਬ ਪਹਿਲਾਂ ਹੋਏ, 297 ਉਹਨਾਂ ਨੇ ਪਹਿਲਾਂ ਹੀ ਇਹ ਬਾਣੀ ਦਰਜ ਕਰਤੀ ਸੀ, ਫਰੀਦਾ ਕਾਗਾ ਕਰੰਗ ਸਗਲਾ ਖਾਇਆ ਇਹ ਦੋਏ ਨੈਣਾ ਫਿਰ ਦੇਖਣ ਕੀ। ਅੱਜ ਅੱਖਾਂ ਬਚਾਲੋ, ਇਹ ਨਹੀਂ ਬਚਣੀਆਂ। ਚੰਗੀ ਚੀਜ਼ ਆਵੇ ਉਂਗਲ ਮਾਰ ਕੇ ਗਾਂਹ ਕੱਢ ਦਿੰਦੇ, ਆਖੋ ਸਤਨਾਮ, ਨਿੰਦਿਆ ਸੁਣਦੇ ਹੀ। ਖਬਰਾਂ ਵੀ ਉੱਦਾਂ ਦੇ ਗਈ ਅਤੇ ਹੁਣ ਮੀਡੀਆ ਵਾਲੇ ਵੀ ਇੱਦਾਂ ਦੇ, ਪਿਓ ਦੇ ਪੁੱਤ ਉਹ ਵੀ ਕਸਰ ਨਹੀਂ ਛੱਡਣ ਦਾ ਵੀ ਤਬਾਹ ਕਰ ਦਿਓ ਇਹਨਾਂ ਨੂੰ, ਉਹ ਵੀ ਇਸ ਭੈੜੀ ਤੋਂ ਭੈੜੀ ਵੀਡੀਓ ਜਾਣ ਬੁੱਝ ਕੇ ਬਣਾਉਂਦੇ ਆ, ਕਿਉਂਕਿ ਲੋਕ ਸੁਣਦੇ ਹੀ ਉਹ ਅਤੇ ਉਹਨਾਂ ਨੂੰ ਵਿਊ ਮਿਲਦੇ ਆ। ਆ ਕਈ ਸਾਡੇ ਕੋਲ ਆ ਜਾਣਗੇ ਇੰਟਰਵਿਊ ਲੈਣੀ, ਮੈਂ ਕਿਹਾ ਜਾ ਭਰਾਵਾ ਅਸੀਂ ਤਾਂ ਦਿਨ ਕੱਟਣ ਦਾ ਆ, ਕੋਈ ਸਤਨਾ ਅਸੀਂ ਆਪਦੀ ਰੋਟੀ ਖਾਣ ਦਾ ਆ, ਵੀ ਤੈਨੂੰ ਇੰਟਰਵਿਊ ਕਿੱਥੋਂ ਦੇ ਦਈਏ। ਬਾਣੀ ਕਹਿਣ ਦਈ ਆ ਕਿ ਭਾਈ ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ, ਹੁਣ ਬੇਦ ਬਿਰੰਚ ਵਿਚਾਰ ਰਹੇ ਹੋ ਹਰ ਜਾਪ ਨਾ ਛਾਡਿਓ। ਮਾਰੇ ਕਹਿੰਦੇ ਮਹਾਂਦੇਵ ਕੋ ਕਹਿਤ ਸਭ ਤੋਂ ਵੱਡੀ ਸਮਾਧੀ ਸ਼ਿਵ ਜੀ ਦੀ, ਉਹਦੇ ਬਾਰੇ ਵੀ ਲਿਖਤਾ ਵੀ ਉਹ ਵੀ ਹੱਥ ਖੜੇ ਕਰ ਗਏ। ਮਹਾਂਦੇਵ ਕੋ ਕਹਿਤ ਸਦਾ ਸਿਉ ਨਿਰੰਕਾਰ ਕਾ ਆਪ ਆਪਣੀ ਬੁੱਧ ਹੈ ਜੇਤੀ, ਇਹ ਦੱਸੋ ਆ ਕਿਵੇਂ ਉਹ। ਮੈਂ ਕਿਹਾ ਜਾ ਭਰਾਵਾ ਸਾਨੂੰ ਕੁਝ ਨਹੀਂ ਆਉਂਦਾ, ਸੱਚੀ ਗੱਲ ਆ। ਚਲੋ ਹੁਣ ਸਾਡੇ ਵਿਦੇਸ਼ਾਂ 'ਚ ਵੀਰ ਬੈਠੇ ਆ, ਉਹ ਗ੍ਰਾਹੀਆਂ ਭੇਜਦੇ, ਮਾਇਆ ਭੇਜਦੇ, ਉਹਨਾਂ ਕਰਕੇ ਕਰਨਾ ਪੈਂਦਾ। ਆਹ ਤਾਂ 1:47 ਵੀੜਤੀ, ਆਖੋ ਸਤਨਾਮ, ਇਹ ਇੰਨਾ ਕੰਮ ਵੀ ਨਾ ਤੇ ਮੁੜ ਕੇ ਲੈਂਦੀ ਵੀਡੀਓ, ਨਾ ਡਿਲੀਟ ਹੁੰਦੀ ਆ। ਅਤੇ ਅਸਰ ਕਈ ਵਾਰੀ ਨਾ ਬੰਦਾ ਲੈਕਚਰ ਕਰਦਾ, ਗਿਆਨੀ ਜੀ ਸੁਭਾਵਕ ਹੀ ਆਪਾਂ ਬੱਚੇ ਹਾਂ, ਲਗਾਤਾਰ ਜਦੋਂ ਘੰਟਾ ਸਪੀਚ ਕਰਨੀ ਗੱਲ ਵੱਧ ਘੱਟ ਨਿਕਲ ਜਾਂਦੀ। ਅੱਗੇ ਹੁੰਦਾ ਸੀ ਇੱਦਾਂ ਸੰਗਤ ਹੋਣੀ, ਚਲੋ ਪੈਰਾਂ ਮਗਰੋਂ ਕਥਾ ਵਾਚਕ ਨੇ ਕਹਿ ਦੇਣਾ ਜੀ ਕਥਾ ਕਰਦਿਆਂ ਭੁੱਲਾਂ ਦੀ, ਇਹ ਤਾਂ ਉਹ ਵੀ ਨਹੀਂ ਬਖਸ਼ਣ ਦਿੰਦੀ, ਹਜੇ ਮਹਾਰਾਜ ਬਖਸ਼ ਦਿੰਦੇ, ਸੰਗਤ ਬਖਸ਼ ਦਿੰਦੀ, ਇਹ ਨਹੀਂ ਬਖਸ਼ਦਾ। ਆਖੋ ਸਤਨਾਮ, ਇਹਨੇ ਜਿੰਨਾ ਨੁਕਸਾਨ ਕਰਤਾ ਨਾ ਇਸ ਵੇਲੇ ਸਿੱਖ ਕੌਮ ਦਾ, ਮੈਂ ਜੇ ਮਾਫ਼ੀ ਚਾਹਾਂ ਕਿਸੇ ਨਹੀਂ ਕੀਤਾ। ਜਿਨ੍ਹਾਂ ਬੰਦਿਆਂ ਨੂੰ ਮੂਲ ਮੰਤਰ ਦਾ ਪਤਾ ਨਹੀਂ ਉਹ ਵੀ ਐਂ ਸਵਾਲ ਲੈ ਕੇ ਬੈਠੇ ਆ, ਬਾਬਾ ਜੀ ਆਹ ਕਿਉਂ ਪੜ੍ਹੀਦਾ, ਆਹ ਕਿਉਂ ਕਰੀਦਾ, ਆਹ ਕਿੱਥੇ ਹੀ ਉਹ ਸਭ ਤੋਂ ਸੌਖਾ ਕੰਮ। ਕਹਿੰਦੇ ਬਾਬਾ ਜੀ ਕਥਾ ਤੁਸੀਂ ਕੀਤੀ, ਤੁਸੀਂ ਨਾਲ ਹੀ ਆਖੋ ਸਤਨਾਮ। ਲੈ ਭਲਿਓ ਮਾਨਸੋ, ਟੀਚਰ ਨੇ ਆਪ ਸਟੱਡੀ ਕਿਤਾਬਾਂ ਜੋ ਕੀਤੀ ਤੁਹਾਡੇ ਨਿਆਣੇ ਪੜ੍ਹਾਉਂਦੇ ਆ, ਜਦੋਂ ਕਿਤਾਬਾਂ ਲਿਖੀਆਂ ਟੀਚਰ ਨਾਲ ਹੀ, ਸਿਰਫ ਉਹਦਾ ਕੰਮ ਹੈ ਤੁਹਾਡੇ ਬੱਚਿਆਂ ਨੂੰ। ਅੱਜ ਇੰਨਾ ਔਖਾ ਬੋਲਣਾ, ਬੜਾ ਪੁਣ ਪੁਣ ਕੇ ਪਾਣੀ ਪੀਣਾ ਪੈਂਦਾ ਹੈ। ਸੋ ਇਸ ਕਰਕੇ ਭਾਈ ਸਾਹਿਬ ਜੀ ਬਹਿ ਗਏ, ਜਦੋਂ ਮੇਰੇ ਹਜ਼ੂਰ ਪਾਤਸ਼ਾਹ ਦਰਬਾਰ 'ਚ ਆਏ ਤੇ ਨਰਸਿੰਘੇ ਵੱਜੇ, ਨਗਾਰੇ ਵੱਜੇ, ਗੁਰੂ ਦੀਆਂ ਫੌਜਾਂ ਨੇ ਜਕਾਰੇ ਛੱਡੇ ਤੇ ਸ਼ਬਦ ਪੜਿਆ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਤੁਮ ਸਭ ਰਾਜਨ ਕੇ ਰਾਜਾ, ਤੁਮ ਸਭ ਰਾਜਨ ਕੇ ਰਾਜਾ, ਮੇਰੇ
ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਹਣਿਆਂ ਦੇ ਸਰਦਾਰ ਸੱਚੀ ਸਰਕਾਰ ਤਖ਼ਤ ਤੇ ਬਹਿੰਦੇ ਆਏ ਦੀਵਾਨ ਸਜਿਆ ਤੇ ਇੱਦਾਂ ਹੀ ਰਾਗੀ ਕਵੀਸ਼ਰ ਜਿਹੜੇ ਕਵੀ ਆਏ ਪਏ ਸੀ ਬਹੁਤ ਵੱਡੀ ਸਟੇਜ ਸਜੀ ਤੇ ਸਤਿਗੁਰੂ ਬਹਿੰਦਿਆਂ ਸਾਰ ਉਹ ਸਿੱਖ ਵਾਲੇ ਮਹਾਰਾਜ ਦੇ ਨੇਤਰ ਗਏ ਤੇ ਪਿੱਛੇ ਜੇ ਬੈਠਾ ਖੋ ਵਾਹਿਗੁਰੂ ਇਹ ਦਾਤਾ ਬੜਾ ਦਿਆਲੂ ਆ ਦੁਨੀਆਂ ਕੱਪੜੇ ਵੇਂਹਦੀ ਆ ਜੇਬ ਵੇਂਹਦੀ ਆ ਹੁਣ ਪਿੰਡਾਂ 'ਚ ਸਰਪੰਚੀ ਹੋਣੀ ਆ ਤੇ ਆਪਾਂ ਸਾਰੇ ਕਹਿੰਦੇ ਵੀ ਕਿਹੜਾ ਬੰਦਾ ਚੁਣੀਏ ਹਰ ਬੰਦਾ ਕਹਿੰਦਾ ਕੋਈ ਰੱਜਿਆ ਜਿਹਾ ਬੰਦਾ ਚੁਣਿਓ ਆਖੋ ਸਤਨਾਮ ਰੱਜਿਆ ਜਿਹਾ ਬੰਦਾ ਚੁਣਿਓ ਕਿਉਂਕਿ ਜਿਹਦੇ ਕੋਲ ਅੱਗੇ ਸਭ ਕੁਝ ਆ ਉਹ ਹੋ ਸਕਦਾ ਕੁਝ ਕਰੇ ਮੇਰੇ ਵਰਗਾ ਨਾ ਚੁਣ ਲਿਓ ਹਾਂਜੀ ਇਹੋ ਹੀ ਹੁੰਦਾ ਨਾ ਵੀ ਕੰਮ ਕਰਾਵੇ ਤੇ ਮੇਰੇ ਪਾਤਸ਼ਾਹ ਕਹਿੰਦੇ ਲੋਕੀ ਜੇਬ ਵੇਂਹਦੇ ਕੱਪੜੇ ਵੇਂਹਦੇ ਆ ਤੇਰਾ ਘਰ ਵੇਂਹਦੇ ਆ ਤੇ ਗੁਰੂ ਗੋਬਿੰਦ ਸਿੰਘ ਦਿਲਾਂ ਦੇ ਵਪਾਰੀ ਆ ਉਹ ਬੰਦੇ ਦਾ ਦਿਲ ਵੇਂਹਦੇ ਸਾਰੇ ਸਿੰਘ ਬੈਠੇ ਕਵੀ ਮਹਾਰਾਜ ਸਾਹਿਬ ਜੀ ਕਹਿੰਦੇ ਕਵੀ ਹੰਸ ਰਾਮ ਜੀ ਹੁਣ ਉੱਥੇ ਸਾਰੇ ਬੈਠੇ ਹੁਣ ਸ੍ਰੀ ਸਕੱਤਰ ਸਾਹਿਬ ਨੇ ਜਿਹਦਾ ਨਾਮ ਬੋਲਿਆ ਉਹਦੀ ਵਾਰੀ ਆਉਣੀ ਉਹ ਸਾਰੇ ਇੱਕ ਦੂਜੇ ਵਾਲੇ ਵੇਖੀ ਜਾਣ ਵੀ ਇਹ ਨਵਾਂ ਕਵੀ ਕਿਹੜਾ ਆ ਗਿਆ ਆਖੋ ਸਤਨਾਮ ਤੇ ਜਿਹਨੂੰ ਆਵਾਜ਼ ਮਾਰਨ ਦੇ ਉਹ ਵੀ ਬੈਠਾ ਮਹਾਰਾਜ ਸਾਹਿਬ ਕਹਿੰਦੇ ਕਵੀ ਹੰਸ ਰਾਮ ਜੀ ਕਿੱਥੇ ਰਹਿ ਗਏ ਸਵੇਰ ਦਾ ਪੁੱਛਣ ਦੇ ਸਾਡੇ ਬਾਰੇ ਘੱਟ ਘੱਟ ਕੇ ਅੰਤਰ ਕੀ ਭਲੇ ਬੁਰੇ ਕੀ ਮਹਾਰਾਜ ਸਾਹਿਬ ਕਹਿੰਦੇ ਉਹ ਜਾਓ ਸਿੰਘ ਉਹ ਬੈਠਾ ਲਿਆਓ ਜਦੋਂ ਉਹਨੂੰ ਆਖਿਆ ਤੈਨੂੰ ਬੁਲਾਉਂਦਾ ਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰੀ ਆਇਆ ਸੀ ਉਹ ਤੇ ਰੋਣ ਲੱਗ ਪਿਆ ਮਹਾਰਾਜ ਸਾਹਿਬ ਕਹਿੰਦੇ ਰੋਂਦਾ ਕਿਉਂ ਤੈਨੂੰ ਤਿੰਨ ਆਵਾਜ਼ਾਂ ਮਾਰੀਆਂ ਏ ਕਹਿਣ ਲੱਗਾ ਪਾਤਸ਼ਾਹ ਮੈਨੂੰ ਤੇ ਕਦੇ ਮੇਰੇ ਘਰਦਿਆਂ ਨੇ ਨੀ ਜੀ ਕਿਹਾ ਪਿੰਡ ਵਾਲਿਆਂ ਨੇ ਨੀ ਤੁਸੀਂ ਤਾਂ ਸ੍ਰਿਸ਼ਟੀ ਦੇ ਮਾਲਕ ਹੋ ਤੇ ਤੁਸੀਂ ਕਵੀ ਹੰਸ ਰਾਮ ਜੀ ਕਿਹਾ ਮੈਨੂੰ ਤੇ ਹੰਸੂ ਹੰਸੂ ਹੀ ਕਹਿੰਦੇ ਆਖੋ ਸਤਨਾਮਾ ਕਿਉਂਕਿ ਅੱਜ ਵੇਖੋ ਗੁਰਮੁਖੋ ਗੁੱਸਾ ਨਹੀਂ ਕਈ ਬੰਦੇ ਤੁਹਾਡੇ 'ਚ ਇੰਨੇ ਗੁਣੀ ਗਿਆਨੀ ਤੇ ਸੁਲਝੇ ਹੋਏ ਪਰ ਘਰ ਦੀ ਗਰੀਬੀ ਨੇ ਉਹਨਾਂ ਨੂੰ ਰੋਲਤਾ ਕਈ ਬੰਦੇ ਟੁੱਚਲ ਹੁੰਦੇ ਆ ਕੱਖ ਨਹੀਂ ਪਤਾ ਉਹਨਾਂ ਨੂੰ ਪਰ ਪੈਸਾ ਖੁੱਲ੍ਹਾ ਕਰਕੇ ਕਹਿਣਗੇ ਜਹੇਦਾਰ ਜੀ ਆ ਗਏ ਇਹਨੂੰ ਤੇ ਮੂਲ ਮੰਤਰ ਨਹੀਂ ਆਉਂਦਾ ਜਹੇਦਾਰ ਕਾਹਦਾ ਆਖੋ ਸਤਨਾਮ ਹੈ ਨਾ ਇਹਨੂੰ ਜਪਜੀ ਸਾਹਿਬ ਦਾ ਪਤਾ ਨਾ ਦਹਾਂ ਗੁਰੂਆਂ ਦਾ ਨਾ ਇਹਨੂੰ ਬੰਦਿਆਂ 'ਚ ਬਹਿਣਾ ਖੜਾਉਣਾ ਆਵੇ ਇਹ ਜਥੇਦਾਰ ਜੀ ਆ ਗਏ ਕਿਉਂਕਿ ਅਸੀਂ ਮਾਇਆ ਵੇਖ ਕੇ ਕੋਠੀ ਵੇਖ ਕੇ ਬੰਦੇ ਦਾ ਰੁਤਬਾ ਦਿੰਦੇ ਪਰ ਗੁਰੂ ਦਰਬਾਰ ਇੱਦਾਂ ਦਾ ਏ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਮਨ ਆਪਣੇ ਤੇ ਪੇਖੈ ਸਗਲ ਸ੍ਰਿਸ਼ਟ ਆ ਜਾ ਕਹਿੰਦੇ ਇੱਥੇ ਆ ਜਾ ਲੱਗ ਗਏ ਸੁਣਾ ਫਿਰ ਹੁਣ ਉਹਨੂੰ ਤੇ ਚਾਹ ਹੀ ਬੜਾ ਕਦੇ ਲੀੜਿਆਂ ਲਵੇਖੇ ਮਹਾਰਾਜ ਕਹਿੰਦੇ ਤੂੰ ਗਾ ਤੂੰ ਕੀ ਵੇਹਣਾ ਕੱਪੜਿਆਂ ਵਾਲੇ ਕਹਿੰਦੇ ਜੀ ਉਹ ਤੁਹਾਡੇ ਸਿੰਘ ਕਹਿੰਦੇ ਤੇ ਤੈਨੂੰ ਟਾਈਮ ਨਹੀਂ ਮਿਲਣਾ ਇੱਥੇ ਇਹ ਵੱਡੀ ਸਟੇਜ ਹੈ ਇੱਥੇ ਗੁਣੀ ਗਿਆਨੀ ਤੇ ਤੇਰੇ ਲੀੜੇ ਗੰਦੇ ਮਾਰੇ ਕਹਿੰਦੇ ਤੈਨੂੰ ਜਦੋਂ ਅਸੀਂ ਕਿਹਾ ਅਸੀਂ ਸੁਣਦੇ ਜਿਉਂ ਲੱਗਾ ਹੀ ਫਿਰ ਸੁਣਾਉਣ ਪਿਓ ਦਾ ਪੁੱਤ ਸਾਰਾ ਸਮਾਂ ਜਿਹੜਾ ਪੰਜ ਛੇ ਜਥਿਆਂ ਦਾ ਮਹਾਰਾਜ ਨੇ ਇਕੱਲੇ ਤੋਂ ਹੀ ਲਵਾਤਾ ਕੋ ਸਤਨਾਮ ਮਹਾਰਾਜ ਅਗਲੀ ਕਵਿਤਾ ਮਹਾਰਾਜ ਹੱਥ ਖੜਾ ਕਰੀ ਜਾਣ ਅਗਲੀ ਕਵਿਤਾ ਤੇ ਆਨੰਦ ਵੱਜ ਗਏ ਤੇ ਜਦੋਂ ਸਮਾਪਤੀ ਹੋਈ ਤੇ ਪਾਤਸ਼ਾਹ ਕਹਿੰਦੇ ਆਪਣੇ ਖਜ਼ਾਨਚੀਰ ਕਹਿੰਦੇ ਖਜ਼ਾਨੇ 'ਚ ਕਿੰਨੀ ਮਾਇਆ ਪਈ ਹੈ ਕਹਿਣ ਲੱਗੇ ਜੀ 18,000 ਰਿਤਪਣ ਮਹਾਰਾਜ ਕਹਿੰਦੇ ਲਿਆਓ ਇੱਕ ਦਸ਼ਾਲਾ ਲਿਆਓ ਨਵਾਂ ਦਮਾਲਾ ਲਿਆਓ ਨਵਾਂ ਜੋੜਾ ਲਿਆਓ ਨਵਾਂ ਅਤੇ ਸ੍ਰੀ ਸਾਹਿਬ
ਉਹ ਵੇਖੇ, ਕਿਉਂਕਿ ਇਹਨਾਂ ਪੰਕਤੀਆਂ ਦੇ ਅਰਥ ਹੋਣੇ ਹੈ ਕਿ ਜੋ ਇਹਨੂੰ ਕਿਸੇ ਨੇ ਕਿਹਾ ਸੀ ਨਾ ਕਿ ਤੂੰ ਤਾਂ ਬਹੁਤ ਗਰੀਬ ਹੈ, ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨੂੰ ਇਸ਼ਨਾਨ ਕਰਾ ਕੇ ਨਵੇਂ ਬਸਤਰ ਦਮਾਲਾ ਤੇਗ ਅਤੇ 18,000 ਰਿਤਪਣ ਦੇ ਕੇ ਜਦੋਂ ਹਾਥੀ 'ਤੇ ਬਹਾਤਾ ਅਤੇ ਉਹ ਰੋ ਪਿਆ। ਕਹਿੰਦੇ ਪਾਤਸ਼ਾਹ ਇਹ ਕੀ ਕੀਤਾ? ਕਹਿੰਦੇ ਅਸੀਂ ਕੁਝ ਨਹੀਂ ਕੀਤਾ, ਇਹ ਤੇ ਗੁਰੂ ਅਰਜਨ ਸਾਹਿਬ ਨੂੰ ਪੁੱਛੋ ਜਿਨ੍ਹਾਂ ਸੁਖਮਣੀ ਸਾਹਿਬ ਉਚਾਰਿਆ ਕੀ ਕੀਤਾ। ਕਹਿੰਦੇ ਤੂੰ ਕਵੀ ਹੈ, ਇੰਨੀ ਕੁ ਤੈਨੂੰ ਗਿਆਨ ਹੋਣਾ ਚਾਹੀਦਾ ਸੁਖਮਣੀ ਸਾਹਿਬ ਦਾ। ਮਹਾਰਾਜ ਨਹੀਂ। ਕਹਿੰਦੇ ਫਿਰ ਪੜ ਪੰਕਤੀ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ, ਪੁੱਤਰਾ 2.5-3 ਘੰਟੇ ਤੂੰ ਸਿਮਰਨ ਕਰਾਇਆ ਅਤੇ ਉਹਦੀਆਂ ਗੱਲਾਂ ਕੀਤੀਆਂ ਕਵਿਤਾ ਦੇ ਵਿੱਚ, ਅਤੇ ਅੱਜ ਗੁਰੂ ਅਰਜਨ ਸਾਹਿਬ ਦੇ ਬੋਲਾਂ 'ਤੇ ਅਸੀਂ ਫੁੱਲ ਚੜ੍ਹਾਤੇ ਬਾਣੀ 'ਤੇ ਵੀ ਜਿਹੜਾ ਗੁਰੂ ਦੀ ਉਸਤਤ ਕਰੂਗਾ ਕਿਸੇ ਦਾ ਬੇ ਮੋਹਤਾਜ ਨਹੀਂ ਆਊਗਾ। ਉਹਨੂੰ ਰਾਜਾ ਬਣਾਤਾ ਅਤੇ ਜਦੋਂ ਮਹਾਰਾਜ ਸਾਹਿਬ ਕਹਿੰਦੇ ਜਾਓ ਇਹਨੂੰ ਪਿੰਡ ਛੱਡ ਕੇ ਆਓ, ਪਤਾ ਲੱਗੇ ਕਿ ਅੱਜ ਗੁਰੂ ਨਾਨਕ ਦੇ ਦਰਬਾਰ 'ਚ ਕੋਈ ਮੰਗਤਾ ਆਇਆ ਸੀ, ਰਾਜਾ ਬਣ ਕੇ ਗਿਆ। ਅਤੇ ਜਦੋਂ ਜਾਣ ਲੱਗਾ ਤਾਂ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਅੱਜ ਜਿੰਨਾ ਕੁਝ ਤੁਸੀਂ ਮੈਨੂੰ ਦਿੱਤਾ ਨਾ, ਮੈਂ ਮੰਗਿਆ ਨਹੀਂ, ਤੁਸੀਂ ਮੈਨੂੰ ਆਪੇ ਮੋਹਰਾਂ ਦਿੱਤੀਆਂ, ਹੱਥੀ ਦਿੱਤਾ, ਬਾਣਾ ਦਿੱਤਾ, ਬਾਣੀ ਦਿੱਤੀ, ਸਤਿਕਾਰ ਦਿੱਤਾ, ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੈ ਦਾਤਿਆ। ਸਾਰੇ ਬੰਦੇ ਹੱਸ ਪਏ, ਕਹਿੰਦੇ ਲੈ ਰਿਹਾ ਨੰਗ ਦਾ ਨੰਗ, ਇੰਨਾ ਕੁਝ ਮਹਾਰਾਜ ਨੇ ਦਿੱਤਾ, ਫਿਰ ਮੰਗਣ ਲੱਗ ਪਿਆ। ਮਹਾਰਾਜ ਕਹਿੰਦੇ ਉਹਦੀ ਵੀ ਸੁਣ ਲਓ, ਦੱਸ ਭਾਈ ਹੰਸ ਰਾਮ ਜੀ ਕੀ ਚਾਹੀਦਾ? ਕਹਿੰਦੇ ਪਾਤਸ਼ਾਹ ਤੂੰ ਬਹੁਤ ਕੁਝ ਦੇਤਾ ਏ, ਪਰ ਇੱਕ ਕਿਰਪਾ ਕਰੀ, ਹੁਣ ਇੱਥੇ ਤੇ ਰਾਜਾ ਬਣਾਤਾ ਈ, ਪਰ ਜਦੋਂ ਬੰਦੇ ਕੋ ਮਾਇਆ ਆਉਂਦੀ ਹੈ, ਕੁਰਸੀ ਆਉਂਦੀ ਹੈ, ਉਹਨੂੰ ਰੱਬ ਭੁੱਲ ਜਾਂਦਾ। ਅੱਜ ਭੁੱਲਿਆ ਨਾ ਕਈਆਂ ਨੂੰ, ਪਹਿਲਾਂ ਸਾਡੇ 'ਚ ਹੀ ਬਹਿੰਦੇ ਹੁੰਦੇ ਸੀ ਥੱਲੇ, ਅਤੇ ਅੱਜ ਵੇਲੋ ਜਿਹੜਾ ਸੱਚ ਬੋਲਦਾ ਉਹਨੂੰ ਹੀ ਚੁੱਕ ਕੇ ਅੰਦਰ। ਉਹਨੇ ਕਿਹਾ ਦਾਤਿਆ ਤੂੰ ਮੈਨੂੰ ਰਾਜਾ ਬਣਾਤਾ ਏ, ਮੈਨੂੰ ਮਾਣ ਸਨਮਾਨ ਦੇਤਾ ਈ, ਹੁਣ ਇੱਕ ਕਿਰਪਾ ਕਰਿਓ, ਮੈਨੂੰ ਆਪਦੇ ਚਰਨਾਂ 'ਚ ਥਾਂ ਦੇ ਦਿਓ, ਮੈਨੂੰ ਸਿੱਖੀ ਦੇ ਦਿਓ, ਮੈਂ ਸਦਾ ਹੀ ਤੁਹਾਡੇ ਚਰਨਾਂ ਨਾਲ ਜੁੜਿਆ ਰਵਾਂ, ਕਿਤੇ ਹੰਕਾਰੀ ਨਾ ਹੋ ਜਾਂ। ਇਹ ਮਾਇਆ ਬੰਦੇ ਨੂੰ ਕਮਲਾ ਕਰ ਦਿੰਦੀ ਹੰਕਾਰੀ। ਮੇਰੇ ਪਾਤਸ਼ਾਹ ਸਭੈ ਕਹਿੰਦੇ ਵਾਹ ਕਵੀ ਹੰਸ ਰਾਮ, ਤੂੰ ਬੜਾ ਪਿਆਰ ਜਿੱਤਿਆ, ਲੋਕ ਇੱਥੋਂ ਮਾਇਆ ਲੈ ਕੇ ਦੌਲਤਾਂ ਸ਼ੋਹਰਤਾਂ ਭੱਜ ਜਾਂਦੇ ਹੈ, ਤੂੰ ਸਭ ਤੋਂ ਮਹਿੰਗੀ ਚੀਜ਼ ਮੰਗੀ, ਤੂੰ ਗੁਰੂ ਨਾਨਕ ਦੀ ਸਿੱਖੀ ਮੰਗ ਲਈ ਹੈ, ਤੇਰੇ ਨਾਲ ਬਚਣ ਰਿਹਾ, ਆਨੰਦਪੁਰ ਆਉਂਦਾ ਰਹੀਂ, ਸਟੇਜ 'ਤੇ ਗਾਉਂਦਾ ਰਹੀਂ, ਸੰਗਤਾਂ ਦੇ ਚਰਨਾਂ 'ਤੇ ਸੀਸ ਝੁਕਾਉਂਦਾ ਰਹੀਂ, ਤੈਨੂੰ ਇੱਥੇ ਵੀ ਥਾਂ ਦੇਵਾਂਗੇ ਅਤੇ ਤੈਨੂੰ ਅੱਗੇ ਵੀ ਥਾਂ ਦੇਵਾਂਗੇ। ਆਖੋ ਸਤਨਾਮ।